ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਨਾਲ ਮਹਿਰ ਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ 15 ਮਾਰਚ ਸ਼ੁੱਕਰਵਾਰ ਦੀਆਂ ਅੱਜ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਅੱਜ ਦੀ ਵੱਡੀ ਖਬਰ ਦੇ ਨਾਲ ਕੱਲ 97 ਕਰੋੜ ਭਾਰਤੀਆਂ ਦੇ ਲਈ ਵੱਡਾ ਦਿਨ ਹੈ ਕਿਉਂਕਿ ਦੇਸ਼ ਦੀ ਨਵੀਂ ਸਰਕਾਰ ਚੁਣਨ ਦੇ ਲਈ ਕੱਲ ਚੋਣ ਤਰੀਕਾਂ ਦਾ ਐਲਾਨ ਹੋ ਜਾਊਗਾ 2024 ਦੀਆਂ ਲੋਕ ਸਭਾ ਚੋਣਾਂ ਦੇ ਸਮੇਤ ਚਾਰ ਸੂਬਿਆਂ ਦੇ ਵਿੱਚ ਤੈ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਵੀ ਕੱਲ ਐਲਾਨ ਕਰ ਦਿੱਤਾ ਜਾਊਗਾ ਚੋਣ ਕਮਿਸ਼ਨ ਨੇ ਕੱਲ 3 ਵਜੇ ਪ੍ਰੈਸ ਕਾਨਫਰੰਸ ਸੱਦੀ ਹੈ ਚੋਣਾਂ ਦੇ ਐਲਾਨ ਦੇ ਨਾਲ ਹੀ ਪੂਰੇ ਦੇਸ਼ ਦੇ ਵਿੱਚ ਚੋਣ ਜ਼ਾਬਤਾ ਹੀ ਜ਼ਾਬਤਾ ਵੀ ਲਾਗੂ ਹੋ ਜਾਏਗਾ ਯਾਨੀ ਕਿ ਸਿਆਸੀ ਪਾਰਟੀਆਂ ਦੇ ਕੋਲ ਖਾਸ ਕਰਕੇ ਸੱਤਾਧਿਰ ਦੇ ਕੋਲ ਸਰਕਾਰਾਂ ਦੇ ਕੋਲ ਐਲਾਨਾਂ ਦਾ ਆਖ਼ਰੀ ਦਾ ਖੇਡਣ ਦੇ ਲਈ ਸਿਰਫ ਕੁਛਕ ਘੰਟੇ ਹੀ ਬਚੇ ਨੇ ਮੁੱਖ ਮੁਕਾਬਲਾ ਐਨਡੀਏ ਦੀ ਅਗਵਾਈ ਕਰ ਰਹੀ ਭਾਜਪਾ ਅਤੇ ਇੰਡੀਆ ਗੱਠਜੋੜ ਦੀ ਅਗਵਾਈ ਕਰ ਰਹੀ ਕਾਂਗਰਸ ਦੇ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ ਇਸ ਦੇ ਇਲਾਵਾ ਖੇਤਰੀ ਪਾਰਟੀਆਂ ਵੀ ਪੂਰੇ ਦਮ ਦੇ ਨਾਲ ਮੈਦਾਨ ਦੇ ਵਿੱਚ ਦਾਵੇਦਾਰੀ ਪੇਸ਼ ਕਰਨਗੀਆਂ ਲੋਕ ਸਭਾ ਦੇ ਨਾਲ ਨਾਲ ਆਂਧਰਾ ਪ੍ਰਦੇਸ਼ ਅਰुणाਚਲ ਪ੍ਰਦੇਸ਼ 오ਡੀਸ਼ਾ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਕੱਲ ਐਲਾਨ ਹੋ ਜਾਏਗਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਅੱਜ ਬਠਿੰਡਾ ਦੇ ਐਸਪੀ ਨੇ ਸਾਰੇ ਲਾਇਸੈਂਸ ਧਾਰਕ ਹਥਿਆਰ ਮਾਲਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਬਠਿੰਡਾ ਜ਼ਿਲ੍ਹੇ ਦੇ ਲਾਇਸੈਂਸ ਧਾਰਕਾਂ ਦੇ ਲਈ ਹੀ ਹੁਕਮ ਜਾਰੀ ਕੀਤੇ ਗਏ ਨੇ ਅਸਲ ਧਾਰਕਾਂ ਨੂੰ ਪੁਲਿਸ ਥਾਣੇ ਅਤੇ ਗਨ ਹਾਊਸ ਦੇ ਵਿੱਚ ਹਥਿਆਰ ਜਮ੍ਹਾਂ ਕਰਵਾਉਣੇ ਪੈਣਗੇ ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਨਿਯਮ ਲਾਗੂ ਹੋ ਜਾਏਗਾ ਸੁਪਾਰਤ ਦੇ ਵਿੱਚ 545 ਲੋਕ ਸਭਾ ਸੀਟਾਂ ਨੇ ਜਿਸ ਦੇ ਲਈ 97 ਕਰੋੜ ਲੋਕ ਵੋਟਾਂ ਪਾਉਣਗੇ ਚੋਣ ਕਮਿਸ਼ਨ ਨੇ 8 ਫਰਵਰੀ ਨੂੰ VOTING ਦਾ ਫਾਈਨਲ ਅੰਕੜਾ ਜਾਰੀ ਕੀਤਾ ਸੀ 18 ਤੋਂ 29 ਸਾਲ ਦੀ ਉਮਰ ਦੇ 2 ਕਰੋੜ ਦੇ ਨਵੇਂ ਵੋਟਰ ਜੋੜੇ ਗਏ ਹਨ 2019 ਲੋਕ ਸਭਾ ਚੋਣਾਂ ਦੇ ਮੁਕਾਬਲੇ ਰਜਿਸਟਰਡ ਵੋਟਰਾਂ ਦੀ ਗਿਣਤੀ 6% ਦੀ ਵਧੀ ਹੈ ਹੁਣ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦਾ ਅਧਿਕਾਰ ਹੋਵੇਗਾ ਪਹਿਲਾਂ ਉਮਰ 80 ਸਾਲ ਦੀ ਸੀ ਲੋਕ ਸਭਾ ਤੇ ਚਾਰ ਵਿਧਾਨ ਸਭਾ ਮੰਡੀਆਂ ਚ ਦੌਰਾਨ 3.5 ਲੱਖ ਤੋਂ ਜ਼ਿਆਦਾ ਸੈਂਟਰਲ ਫੋਰਸ ਦੇ ਜਵਾਨਾਂ ਦੀ ਪੂਰੇ ਦੇਸ਼ ਵਿੱਚ ਤੈਨਾਤੀ ਕੀਤੀ ਜਾਵੇਗੀ ਤੇ ਜੇ ਸਾਫਕਾਰ ਆਸ਼ਪਤੀ ਰਾਮਨਾਥ ਕੋਵਿੰਦ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਬੀਤੇ ਦਿਨ ਸੌਂਪੀ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ 2029 ਦੀਆਂ ਆਮ ਚੋਣਾਂ ਦੇ ਵਿੱਚ ਲੋਕ ਸਭਾ ਦੇ ਨਾਲ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਠੀਆਂ ਹੋਣਗੀਆਂ ਇਸ ਦੀ ਵਜ੍ਹਾ ਨਾਲ ਦੇਸ਼ ਦੀਆਂ ਕਈ ਵਿਧਾਨ ਸਭਾਵਾਂ ਚੋਣਾਂ ਦਾ ਕਾਰਜਕਾਲ ਵਧਾਇਆ ਜਾ ਸਕਦਾ ਹੈ ਤੇ ਕਈਆਂ ਦਾ ਘਟ ਵੀ ਹੋਊਗਾ ਜੇ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਕਿ ਇੱਕ ਚੋਣ ਇੱਕ ਮੁਲਕ ਲਾਗੂ ਹੋ ਜਾ ਨਵਾਂ ਦਿੱਤਾ 2027 ਦੇ ਵਿੱਚ ਚੁਣੀ ਜਾਣ ਵਾਲੀ ਪੰਜਾਬ ਸਰਕਾਰ ਦਾ ਕਾਰਜਕਾਲ 2 ਸਾਲ ਦਾ ਹੀ ਰਹੇਗਾ ਜਦਕਿ ਮੌਜੂਦਾ ਮਾਨ ਸਰਕਾਰ ਦਾ ਕਾਰਜਕਾਲ 3 ਤੋਂ 5 ਮਹੀਨੇ ਤੱਕ ਦਾ ਘਟ ਜਾਊਗਾ ਲੋਕ ਸਭਾ ਚੋਣ ਤਰੀਕਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਅੱਜ ਦੋ ਚੋਣ ਕਮਿਸ਼ਨਰਾਂ ਸੁਖਵੀਰ ਸਿੰਘ ਸੰਧੂ ਤੇ ਗਿਆਨੇਸ਼ਵ ਕੁਮਾਰ ਨੇ ਵੀ ਆਪਣੇ ਅਹੁਦੇ ਸਾਂਭ ਲਏ ਨੇ ਨਵੇਂ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਪ੍ਰਕਿਰਿਆ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਚੁਣੌਤੀ ਦਿੱਤੀ ਗਈ ਸੀ ਉਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੀ ਨਿਯੁਕਤੀ ਐਲਈ ਬਣਾਈ ਗਈ ਕਮੇਟੀ ਦੇ ਵਿੱਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਸ਼ਾਮਲ ਕਰਨ ਦੇ ਹੁਕਮ ਦਿੱਤੇ ਸੀ ਪਰ ਮੋਦੀ ਸਰਕਾਰ ਨੇ ਕਾਨੂੰਨ ਦੇ ਵਿੱਚ ਬਦਲਾ ਕਰਕੇ ਚੀਫ ਜਸਟਿਸ ਨੂੰ ਬਾਹਰ ਕਰ ਦਿੱਤਾ ਸੀ। ਕੇਂਦਰ ਸਰਕਾਰ ਵੱਲੋਂ ਨਿਯੁਕਤ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਗ੍ਰਹਿ ਮੰਤਰਾਲੇ ਵਿੱਚ ਸਖਤਰ ਰਹਿੰਦੇ ਹੋਏ ਜੰਮੂ ਕਸ਼ਮੀਰ ਦੇ ਵਿੱਚ ਦਫਾ 370 ਤੇ ਰਾਮ ਮੰਦਰ ਦੇ ਕੇਸਾਂ ਨੂੰ ਲੈ ਕੇ ਅਹਿਮ ਭੂਮਿਕਾ ਅਦਾ ਕੀਤੀ ਸੀ ਜਦ ਕਿ ਸੁਖਬੀਰ ਸਿੰਘ ਸੰਧੂ ਨੂੰ ਤੇਜ਼ ਤਰਾਰ ਨੌਕਰ ਸ਼ਾ ਮੰਨਿਆ ਜਾਂਦਾ ਹੈ ਉੱਤਰਾਖੰਡ ਦੇ ਚੀਫ ਸਖਤਰ ਵੀ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਅਹਿਮ ਔਦਿਆਂ ਤੇ ਜਮ੍ਹਾਂ ਸਾਮ ਚੁੱਕੇ ਨੇ ਸੁਪਰੀਮ ਕੋਰਟ ਨੇ EVM ਦੇ ਕੰਮਕਾਜ ਦੇ ਵਿੱਚ ਬੇਨਿਜ਼ਮੀਆਂ ਦਾ ਇਲਜ਼ਾਮ ਲਾਉਣ ਵਾਲੀ ਪਟੀਸ਼ਨ ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਹਰ ਪ੍ਰਣਾਲੀ ਦੇ ਆਪਣੇ ਸਕਾਰਾਤਮਕ ਅਤੇ ਨਕਾਰਾਤਮਕ ਪੱਖ ਹੁੰਦੇ ਨੇ ਬੈਂਚ ਨੇ ਪਟੀਸ਼ਨਰ ਨੰਦਨੀ ਸ਼ਰਮਾ ਨੂੰ ਕਿਹਾ ਹੈ ਸੀ ਕਿੰਨੀਆਂ ਹੀ ਪਟੀਸ਼ਨਾਂ ਤੇ ਵਿਚਾਰ ਹੋਰ ਕਰਾਂਗੇ ਹਾਲੀ ਵਿੱਚ ਅਸੀਂ ਵੀਵੀ ਪੈਟ ਨਾਲ ਸੰਬੰਧਿਤ ਇੱਕ ਪਟੀਸ਼ਨ ਤੇ ਵਿਚਾਰ ਕੀਤਾ ਅਸੀਂ ਧਾਰਨਾਵਾਂ ਤੇ ਨਹੀਂ ਚੱਲ ਸਕਦੇ ਹੋਰ ਕਿੰਨੀਆਂ ਪਟੀਸ਼ਨਾਂ ਤੇ ਅਸੀਂ ਵਿਚਾਰ ਕਰਾਂਗੇ ਚੋਣ ਚੰਦੇਾ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਫੇਰ ਸ਼ਕਤੀ ਦਿਖਾਈ ਹੈ ਅਧੂਰੀ ਜਾਣਕਾਰੀ ਦੇਣ ਦੇ ਦੀ ਇਹ ਅਦਾਲਤ ਨੇ ਭਾਰਤ ਦੀ ਸਭ ਤੋਂ ਵੱਡੀ ਸਟੇਟ ਬੈਂਕ ਆਫ ਇੰਡੀਆ ਨੂੰ ਨੋਟਿਸ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਹੁਕਮਾਂ ਦੇ باوجود ਐਸਬੀਆਈ ਨੇ ਸਾਨੂੰ ਚੋਣ ਚੰਦੇ ਦਾ ਸਹੀ ਡਾਟਾ ਨਹੀਂ ਦਿੱਤਾ ਪੂਰਾ ਡਾਟਾ ਨਹੀਂ ਦਿੱਤਾ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਐਸਬੀਆਈ ਨੂੰ ਨੋਟਿਸ ਜਾਰੀ ਕਰਦਿਆਂ ਆਉਂਦੇ ਸੋਮਵਾਰ ਤੱਕ ਸਾਰਾ ਡਾਟਾ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਸੰਵਿਧਾਨਕ ਬੈਂਚ ਦੇ ਫੈਸਲੇ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਸੀ ਕਿ ਚੋਣ ਚੰਦੇ ਦੀ ਖਰੀਦ ਦੀ ਮਿਤੀ ਖਰੀਦਦਾਰ ਦਾ ਨਾਮ ਸ਼੍ਰੇਣੀ ਸਮੇਤ ਪੂਰੇ ਵੇਰਵੇ ਦਿੱਤੇ ਜਾਣ SBI ਨੇ ਇਲੈਕਟੋਰਲ ਬਾਂਡਸ ਦੇ ਅਲਫਾਨੂਮੈਰਿਕ ਨੰਬਰਸ ਦਾ ਖੁਲਾਸਾ ਨਹੀਂ ਕੀਤਾ ਇਸ ਲਈ ਅਦਾਲਤ ਨੇ ਹੁਣ 18 ਮਾਰਚ ਤੱਕ ਜਵਾਬ ਮੰਗਿਆ ਹੈ ਸੁਪਰੀਮ ਕੋਰਟ ਦੇ ਹੁਕਮਾਂ ਤੇ ਚੋਣ ਕਮਿਸ਼ਨ ਨੇ ਚੋਣ ਚੰਦੇ ਦਾ ਡਾਟਾ ਆਪਣੀ ਵੈਬਸਾਈਟ ਤੇ ਤਾਂ ਪਾ ਦਿੰਦਾ ਹੈ ਪਰ ਇਸ ਦੇ ਵਿੱਚ ਇੱਕ ਚੀਜ਼ ਲੁਕੋਈ ਗਈ ਹੈ ਕਿ ਕਿਹੜੀ ਕੰਪਨੀ ਨੇ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਹਾਲਾਂਕਿ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਕਿਹੜੀਆਂ ਕਿੜੀਆਂ ਦੇ ਵਿਦੇਸ਼ ਦੀਆਂ ਕੰਪਨੀਆਂ ਨੇ ਚੰਦਾ ਦਿੱਤਾ ਤੇ ਕਿਹੜੀਆਂ-ਕਿਹੜੀਆਂ ਪਾਰਟੀਆਂ ਨੇ ਉਹ ਚੰਦਾ ਕੈਸ਼ ਕਰਵਾਇਆ ਪਰ ਜਿਹੜੀ ਮੁੱਖ ਚੀਜ਼ ਸੀ ਕਿ ਕਿਹਨੇ ਕਿਹਨੂੰ ਦਿੱਤਾ ਉਹ ਲੁਕੋਇਆ ਗਿਆ ਚੋਣ ਕਮਿਸ਼ਨ ਨੇ ਦੋ ਸੂਚੀਆਂ ਅਪਲੋਡ ਕੀਤੀਆਂ ਨੇ ਇੱਕ ਦੇ ਵਿੱਚ ਬਾਂਡ ਖਰੀਦਣ ਵਾਲਿਆਂ ਦੀ ਜਾਣਕਾਰੀ ਹੈ ਜਦਕਿ ਦੂਸਰੀ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਕੈਸ਼ ਕਰਵਾਏ ਗਏ ਚੰਦੇ ਦੇ ਵੇਰਵੇ ਨੇ ਸੁਪਰੀਮ ਕੋਰਟ ਵੱਲੋਂ ਸਿਆਸੀ ਚੰਦੇ ਲਈ ਪੇਸ਼ ਕੀਤੇ ਗਏ ਚੋਣ ਚੰਦੇ ਨੂੰ ਗੈਰ ਸੰਵਿਧਾਨਿਕ ਕਰਾਰ ਦੇਣ ਅਤੇ ਚੋਣ ਕਮਿਸ਼ਨ ਦੇ ਵੱਲੋਂ ਇਸ ਦੇ ਵੇਰਵੇ ਆਪਣੀ ਵੈੱਬਸਾਈਟ ਤੇ ਜਾਰੀ ਕਰਨ ਤੋਂ ਬਾਅਦ ਚੋਣ ਫੰਡਿੰਗ ਤੋਂ ਇੱਕ ਵੱਡਾ ਪਰਦਾ ਉੱਠਿਆ ਹੈ ਪਰ ਜਿੰਨੀ ਵੱਡੀ ਇਹ ਖਬਰ ਹੈ ਇਸ ਨੂੰ ਹੋਰ ਖਬਰਾਂ ਦੇ ਵਿੱਚ ਲੁਕੋਇਆ ਜਾ ਰਿਹਾ ਹੈ ਉਸ ਤਰੀਕੇ ਦੇ ਨਾਲ ਇਸ ਨੂੰ ਨਹੀਂ ਦਿਖਾਇਆ ਜਾ ਰਿਹਾ ਜਿਸ ਤਰੀਕੇ ਦੇ ਨਾਲ ਇਸ ਨੂੰ ਦਿਖਾਇਆ ਜਾਣਾ ਚਾਹੀਦਾ ਸੀ ਕਿਉਂਕਿ ਖਬਰ ਸੱਤਾ ਧਿਰ ਦੇ ਪਾਸ ਦੇੜ ਦੀ ਹੈ ਚੋਣ ਕਮਿਸ਼ਨ ਨੇ 14 ਮਾਰਚ ਸ਼ਾਮ ਨੂੰ ਆਪਣੀ ਵੈੱਬਸਾਈਟ ਤੇ ਚੋਣ ਚੰਦੇ ਦੇ ਅੰਕੜੇ ਜਾਰੀ ਕੀਤੇ ਇਸ ਹਿਸਾਬ ਦੇ ਨਾਲ ਬੀਜੇਪੀ ਸਭ ਤੋਂ ਵੱਧ ਚੰਦਾ ਲੈਣ ਵਾਲੀ ਪਾਰਟੀ ਹੈ 12 April 2019 ਤੋਂ 11 January 2024 ਤੱਕ ਬੀਜੇਪੀ ਨੂੰ ਸਭ ਤੋਂ ਵੱਧ 6060 ਕਰੋੜ ਰੁਪਏ ਮਿਲੇ ਹਨ ਲਿਸਟ ਦੇ ਵਿੱਚ ਤ੍ਰਿੰਮੂਲ ਕਾਂਗਰਸ ਨੂੰ ਵੀ 1609 ਕਰੋੜ ਦਾ ਚੰਦਾ ਮਿਲਿਆ ਹੈ ਦੂਸਰੇ ਨੰਬਰ ਤੇ ਹੈ ਕਾਂਗਰਸ ਪਾਰਟੀ 1421 ਕਰੋੜ ਦੇ ਚੰਦੇ ਨਾਲ ਤੀਜੇ ਨੰਬਰ ਤੇ ਹੈ ਹਾਲਾਂਕਿ ਸੂਚੀ ਵਿੱਚ ਨਹੀਂ ਦੱਸਿਆ ਗਿਆ ਕਿਹੜੀ ਕੰਪਨੀ ਨੇ ਕਿਸ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਹੈ ਚੋਣ ਕਮਿਸ਼ਨ ਨੇ ਆਪਣੀ ਵੈਬਸਾਈਟ ਤੇ 763 ਪੰਨਿਆਂ ਦੀਆਂ ਦੋ ਸੂਚੀਆਂ ਅਪਲੋਡ ਕੀਤੀਆਂ ਨੇ ਤੇ ਸਭ ਤੋਂ ਵੱਧ ਦਾਨ ਦੇਣ ਵਾਲੀ ਕੰਪਨੀ ਚੰਦਾ ਦੇਣ ਵਾਲੀ ਕੰਪਨੀ ਫਿਊਚਰ ਗੇਮਿੰਗ ਅਤੇ ਹੋਟਲ ਸਰਵਿਸਿਜ਼ ਪੀਆਰ ਹੈ ਇਸ ਕੰਪਨੀ ਨੇ 1368 ਕਰੋੜ ਦੇ ਬਾਂਡ ਖਰੀਦੇ ਸਿਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਾਰਜਨ ਖੜਗੇ ਨੇ ਬੰਗਲੌਰੂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਾ ਕਿਹਾ ਕਿ ਬੀਜੇਪੀ ਦੇ ਵੀ ਖਾਤੇ ਨੂੰ ਫ੍ਰੀਜ਼ ਕੀਤਾ ਜਾਣਾ ਚਾਹੀਦਾ ਕਹਿੰਦੇ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਕਿਵੇਂ ਬੀਜੇਪੀ ਨੇ ਚੋਣ ਚੰਦੇ ਦੇ ਜ਼ਰੀਏ ਪੈਸੇ ਜਮ੍ਹਾਂ ਕੀਤੇ ਐਸਬੀਆਈ ਦੇ ਅੰਕੜੇ ਦੱਸਦੇ ਨੇ ਕਿ 50% ਦੀ ਬੀਜੇਪੀ ਬੌਂਡ ਹੈ ਜਦਕਿ 11% ਦੀ ਕਾਂਗਰਸ ਦਾ ਚੰਦਾ ਹੈ Donations from workers, MPs, uh, even other small, small donors. Our account is closed, their account is open, and that too they got 6000 crores. And uh, whereas the others have got little money, little money, and opposition parties' account, if you please. then how they will fight election and where is the law playing round they are doing this therefore i demand darasal electoral bond scheme narendra modi sarkar ne 2018 de vich shuru kiti si te kaha gaya si ki siyasi funding funding de vich paradarshita layegi par kade vi is nu jantak nahi kita gaya ਸੋ ਚੋਣ ਕਮਿਸ਼ਨ ਦੇ ਵੱਲੋਂ ਜਾਣਕਾਰੀ ਨਸ਼ਕ ਕੀਤੇ ਜਾਣ ਤੋਂ ਬਾਅਦ ਸੀਨੀਅਰ ਵਕੀਲ ਪ੍ਰਸ਼ਾਂਤ ਪੂਸ਼ਣ ਨੇ ਮੇਗਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰ ਲਿਮਟਿਡ ਬਾਰੇ ਸਵਾਲ ਚੁੱਕੇ ਨੇ ਜੋ ਚੋਣ ਬਾਂਡ ਦੀ ਸਭ ਤੋਂ ਦੂਜੀ ਸਭ ਤੋਂ ਵੱਡੀ ਖਰੀਦਦਾਰ ਸੀ ਪ੍ਰਸ਼ਾਂਤ ਪੂਸ਼ਣ ਨੇ ਕਿਹਾ ਕਿ ਮੇਗਾ ਇੰਜੀਨੀਅਰਿੰਗ ਨੇ 11 ਅਪ੍ਰੈਲ 2023 ਨੂੰ 100 ਕਰੋੜ ਰੁਪਏ ਦਾ ਚੰਦਾ ਕਿਸ ਨੂੰ ਦਿੱਤਾ ਸੀ ਇੱਕ ਮਹੀਨੇ ਦੇ ਅੰਦਰ ਇਸ ਨੂੰ ਭਾਜਪਾ ਦੀ ਮਹਾਰਾਸ਼ਟਰ ਸਰਕਾਰ ਤੋਂ 14400 ਕਰੋੜ ਦਾ ਠੇਕਾ ਮਿਲ ਗਿਆ ਹਾਲਾਂਕਿ ਐਸਬੀਆਈ ਨੇ ਇਸ ਜਾਣਕਾਰੀ ਤੋਂ ਇਨਕਾਰ ਕਰ ਦਿੱਤਾ ਹੈ ਨੰਬਰ ਲੁਕੋ ਦਿੱਤੇ ਨੇ ਪਰ ਫਿਰ ਵੀ ਕੁਝ ਦਾਨੀਆਂ ਤੇ ਪਾਰਟੀਆਂ ਨੂੰ ਮਿਲਾ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਜ਼ਿਆਦਾਤਰ ਦਾਨ ਕਹਿੰਦੇ ਇੱਕ ਹੱਥ ਦਿਓ ਦੂਸਰੇ ਹੱਥ ਲਓ ਵਾਂਗ ਲੱਗ ਰਹੇ ਨੇ ਜਾਨਕਿ ਇੱਕ ਪਾਸੇ ਕੰਪਨੀ ਨੇ ਸਿਆਸੀ ਪਾਰਟੀ ਨੂੰ ਚੰਦਾ ਦਿੱਤਾ ਤੇ ਦੂਸਰੇ ਪਾਸੇ ਸਿਆਸੀ ਪਾਰਟੀ ਨੇ ਉਸ ਨੂੰ ਉਸ ਦੇ ਵਪਾਰ ਦੇ ਵਿੱਚ ਵੱਡਾ ਲਾਭ ਦੇਣ ਦਾ ਮੌਕਾ ਦਿੱਤਾ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਵੀ ਅਜਿਹੇ ਟਵੀਟ ਸਾਂਝੇ ਕੀਤੇ ਜਾ ਰਹੇ ਨੇ ਇੱਕ ਨੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਸੰਸਦ ਵਿੱਚ ਦਿੱਤੇ ਬਿਆਨ ਦਾ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਮੇਗਾ ਇੰਜੀਨੀਅਰਿੰਗ ਦੀ ਤਾਰੀਫ਼ ਕਰਦੇ ਹੋਏ ਸੁਣਾਈ ਦਿੰਦੇ ਨੇ ਮੇਗਾ ਇੰਜੀਨੀਅਰਿੰਗ ਹైదరాబాద్ ਦੀ ਕੰਪਨੀ ਹੈ ਜਿਸ ਨੇ ਵੱਡਾ ਚੰਦਾ ਦਿੱਤਾ ਸੋ ਇਹ ਗੱਲ ਹਾਲੇ ਵੀ ਬੁਝਾਰਤ ਬਣੀ ਹੋਈ ਹੈ ਕਿ ਕਿਹੜੀ ਕੰਪਨੀ ਨੇ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਦਿੱਤਾ ਹੁਣ ਗੱਲ ਕਰਾਂਗੇ ਪੰਜਾਬ ਦੀਆਂ ਸਿਆਸੀ ਤਿਤਲੀਆਂ ਦੀ ਵਿਧਾਨ ਸਭਾ ਦੇ ਬਜਟ اجلاس ਦੌਰਾਨ ਸੁਪਾਲ ਸਿੰਘ ਖੈਰਾ ਦੇ ਵਾਰੀ-ਵਾਰੀ ਪਾਰਟੀਆਂ ਬਦਲਣ ਦੇ ਬਦਲਣ ਦੇ ਉੱਤੇ ਤੰਜ ਕੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਲ ਬਦਲੂਆਂ ਨੂੰ ਤਿਤਲੀਆਂ ਕਹਿ ਕੇ ਤਾਣਾ ਮਾਰਿਆ ਸੀ ਪਰ ਹੁਣ ਇਹ ਤਿਤਲੀਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਚੰਗੀਆਂ ਲੱਗ ਰਹੀਆਂ ਨੇ ਇੱਕ ਹਫ਼ਤੇ ਦੇ ਅੰਦਰ-ਅੰਦਰ ਕਾਂਗਰਸ ਦੀ ਦੂਸਰੀ ਤਿਤਲੀ ਮੁੱਖ ਮੰਤਰੀ ਭਗਵੰਤ ਮਾਨ ਦੇ ਫੁੱਲ ਤੇ ਜਾ ਕੇ ਬਹਿ ਗਈ ਹੈ ਇਹਨਾਂ ਦੋਵਾਂ ਨੂੰ ਸੀਐਮ ਭਗਵੰਤ ਮਾਨ ਨੇ ਆਪ ਸ਼ਾਮਲ ਕਰਵਾਇਆ ਗੁਰਪ੍ਰੀਤ ਸਿੰਘ ਜੀਪੀ ਤੋਂ ਬਾਅਦ ਹੁਣ ਚੱਬੇਵਾਲ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਕੁਮਾਰ ਨੇ ਵੀ ਹੱਥ ਵਿੱਚ ਝਾੜੂ ਫੜ ਲਿਆ ਹੈ। ਇਹ ਵੱਡੀ ਸਿਆਸੀ ਦਲਬਦਲੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਪਾਰਟੀ ਹੁਸ਼ਿਆਰਪੁਰ ਤੋਂ ਟਿਕਟ ਵੀ ਦੇ ਸਕਦੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੱਬੇਵਾਲ ਠੀਕ 10 ਦਿਨ ਪਹਿਲਾਂ ਆਪਣੇ ਸਿਰ ਤੇ ਕਰਜ਼ੇ ਦੀ ਪੰਡ ਚੁੱਕ ਕੇ ਵਿਧਾਨ ਸਭਾ ਬਜਟ ਇਜਲਾਸ ਦੇ ਵਿੱਚ ਦਾਖਲ ਹੋ ਕੇ ਆਮ ਆਦਮੀ ਪਾਰਟੀ ਤੇ ਗੰਭੀਰ ਇਲਜ਼ਾਮ ਲਾ ਰਹੇ ਸੀ। ਜਦੋਂ ਇਹੋ ਜਿਹਾ ਕੁਝ ਆਪਾਂ ਦੇਖਦੇ ਆਂ ਤਾਂ ਸੱਚਮੁੱਚ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਸਵੀਜਾਇਜ਼ ਹੈ ਕਿਸੇ ਦਾ دین ਈਮਾਨ ਨਹੀਂ ਕਿਸੇ ਦਾ ਕੋਈ ਸਟੈਂਡ ਨਹੀਂ ਇਨਸਾਨ ਦੇ ਦਿਲ ਵਿੱਚੋਂ ਇਹੀ ਗੱਲਾਂ ਨਿਕਲਦੀਆਂ ਨੇ ਇਹੀ ਕੁਝ ਸਾਹਮਣੇ ਦਿਖਾਈ ਦਿੰਦਾ ਸਿਰਫ ਐਨਾ ਹੀ ਨਹੀਂ ਚੱਬੇਵਾਲ ਸੰਗਲ ਪਾ ਕੇ ਪੰਜਾਬ ਵਿਧਾਨ ਸਭਾ ਚ ਆਏ ਸੀ ਕਾਨੂੰਨੀ ਹਾਲਾਤਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਰਾਜਕੁਮਾਰ ਚੱਬੇਵਾਲ ਨੇ ਜਿਹੜਾ ਜਵਾਬ ਦਿੱਤਾ ਉਹ ਸੱਚਮੁੱਚ ਹੈਰਾਨ ਕਰਨ ਵਾਲਾ ਸ਼ਾਮਲ ਹੋਣ ਦਾ ਬਹੁਤ ਵੱਡਾ ਕਾਰਨ ਹੈ ਕਿ ਅੱਜ ਇਹ ਪਾਰਟੀ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਮੀਟਕਰ ਜੀ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਸੋਚ ਤੇ ਅੱਜ ਇਹ ਪਾਰਟੀ ਜਿਹੜੀ ਅੱਜ ਇਹ ਸਰਕਾਰ ਹੈ ਉਹ ਪੈਰਾ ਦੇ ਰਹੀ ਹੈ ਸੁराज ਕੁਮਾਰ ਚੱਬੇਵਾਲ ਨੂੰ ਤੁਸੀਂ ਸੁਣ ਲਿਆ ਤੇ ਪਾਰਟੀ ਵਿੱਚ ਜਿਹੜੇ ਸ਼ਾਮਿਲ ਹੋਏ ਨੇ ਤਾਂ ਹੁਣ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਵੀ ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ ਦਿੱਤੇ ਬੇਬਾਕ ਲੀਡਰ ਦੱਸਿਆ ਮੀਥੇਰ ਨੇਤਾ ਪੰਡਿਤ ਚੁੱਕਣ ਤੇ ਚੱਬੇਵਾਲ ਦਾ ਬਚਾਅ ਵੀ ਕੀਤਾ ਯਾਨੀ ਕਿ ਉਸ ਦਿਨ ਜਿਹੜੀ ਗੱਲ ਗਲਤ ਸੀ ਅੱਜ ਉਹ ਕਿਸੇ ਨਾ ਕਿਸੇ ਪੱਖੋਂ ਸਹੀ ਠਹਿرائی ਗਈ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਰੋਜ਼ਗਾਰ ਦਾ ਆਉਣਾ ਪੰਜਾਬ ਦੇ ਅੰਦਰ ਮਾਫੀਆ ਰਾਜ ਦਾ ਖਾਤਮਾ ਇਹ ਸਾਰੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਡਾਕਟਰ ਰਾਜਕਮਾਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਕਿ ਹਮੇਸ਼ਾ ਭਾਵੇਂ ਸਰਕਾਰ ਚ ਸੀ ਤੇ ਭਾਵੇਂ ਹੁਣ ਪਿਛਲੇ 2 ਸਾਲ ਚ ਆਪੋਜੀਸ਼ਨ ਚ ਹਮੇਸ਼ਾ ਤੱਥਾਂ ਦੇ ਆਧਾਰ ਤੇ ਲੌਜੀਕਲ ਜਿਹੜੀ ਐ ਉਹ ਗੱਲ ਕਰਦੇ ਆ ਤੇ ਆਪਣੇ ਹਲਕੇ ਦੇ ਵਿੱਚ ਆਧਾਰ ਰੱਖਣ ਵਾਲੇ ਜਿਹੜੇ ਲੀਡਰ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਵੀ ਲੜੇ ਆ ਸੋ ਇਹਨਾਂ ਦੇ ਆਉਣ ਨਾਲ ਕੱਲਾ ਚੱਬੇਵਾਲ ਨਹੀਂ ਕੱਲਾ ਹੁਸ਼ਿਆਰਪੁਰ ਨਹੀਂ ਪੂਰੇ ਦਬਾਬੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਾਲਾ ਉਹ ਮਿਲੂਗਾ 2019 ਦੇ ਵਿੱਚ ਰਾਜਕੁਮਾਰ ਚੱਬੇਵਾਲ ਨੇ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਚੋਣ ਲੜੀ ਸੀ ਪਰ ਬੀਜੇਪੀ ਦੇ ਉਮੀਦਵਾਰ ਸੋਮ ਪ੍ਰਕਾਸ਼ ਤੋਂ ਹਾਰ ਗਏ ਸੀ ਪੰਜਾਬ ਦੇ ਵਿੱਚ ਚਾਰ ਰਿਜ਼ਰਵ ਸੀਟਾਂ ਦੇ ਵਿੱਚ ਤਿੰਨ ਤੇ ਕਾਂਗਰਸ ਦੇ ਸਾਬਕਾ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਉਧਰ ਚੱਬੇਵਾਲ ਦੇ ਆਪ ਦੇ ਵਿੱਚ ਸ਼ਾਮਿਲ ਹੋਣ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਮਾਨ ਦਾ ਇੱਕ ਵੀਡੀਓ ਜਾਰੀ ਕਰਦੇ ਹੋਏ ਲਿਖਿਆ ਸਹੀ ਕਿਹਾ ਪਾਰਟੀਆਂ ਬਦਲਣ ਵਾਲੀਆਂ ਤਿਤਲੀਆਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਨਾ ਪੰਜਾਬੀ ਇਸ ਗੱਲ ਦੀ ਗਵਾਹੀ ਭਰਨਗੇ 2024 ਵਿੱਚ ਫੇਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਮਾਨਹਰਾਸ ਜੀ ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝਣਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚੋਣਾ ਕਿ ਲੋਕਾਂ ਨੇ ਸ਼ਰਮ ਸ਼ਰੂ ਮਤਾ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਹੈ ਜੱਬੇ ਮਾਨ ਸਾਹਿਬ ਦੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਹੀ ਜਾਵਾਂਗਾ ਲੋਕ ਕਹਿਣਗੇ ਯਾਰ ਦੇ ਬੇਬੇ ਜੀ ਮੌਕਾ ਵੇਖ ਕੇ ਕਾਂਗਰਸੀ ਲੀਡਰ ਸੁਪਾਲ ਖਹਿਰਾ ਨੇ ਵੀ ਆਪਣੀ ਤਿਤਲੀ ਵਾਲੇ ਤੰਝ ਦਾ ਹਿਸਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਰਾਬਰ ਕਰ ਲਿਆ ਪਹਿਲੇ ਟਵੀਟ ਦੇ ਵਿੱਚ ਉਹਨਾਂ ਨੇ ਸੀਐਮ ਮਾਨ ਦਾ ਸਿਆਸੀ ਤਿਤਲੀਆਂ ਵਾਲਾ ਵੀਡੀਓ ਜਾਰੀ ਕਰਕੇ ਲਿਖਿਆ ਤਾਜ਼ਾ ਤਿਤਲੀ ਫਿਰ ਇੱਕ ਹੋਰ ਟਵੀਟ ਜਾਰੀ ਕਰਕੇ ਲਿਖਿਆ ਤਿੰਨ ਦਿਨ ਪਹਿਲਾਂ ਤਿਤਲੀ ਪੰਜਾਬ ਸਰਕਾਰ ਦੇ 70000 ਕਰੋੜ ਦੇ ਕਰਜ਼ੇ ਨੂੰ ਲੈ ਕੇ ਰੌਲਾ ਪਾ ਰਹੀ ਸੀ ਆਪਣੇ ਵਿਧਾਇਕ ਦੇ ਖਿਲਾਫ ਮੁੱਖ ਮੰਤਰੀ ਵੱਲੋਂ ਵਰਤੀ ਜਾ ਰਹੀ ਭਾਸ਼ਾ ਦਾ ਵਿਰੋਧ ਕਰ ਰਹੀ ਸੀ ਤੇ ਅੱਜ ਉਸੇ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਬਹੁਤ ਮਾੜੀ ਗੱਲ ਹੈ ਉਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਤਿਤਲੀ ਸ਼ਬਦ ਵਰਤ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਕੁਮਾਰ ਚੱਬੇਵਾਲ ਤੇ ਤੰਜ ਕਸਦੇ ਹੋਏ ਕਿਹਾ ਕਦੀ ਡਾਲ ਡਾਲ ਕਦੀ ਪਾਤ ਪਾਤ ਤਿਤਲੀ ਬਣ ਉੱਡ ਚੱਲਿਆ ਜ਼ਮੀਰ ਤੇ ਇਮਾਨ ਇਸ ਦਰਮਿਆਨੇ ਵੀ ਖਬਰ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਦੂਸਰੀ ਲਿਸਟ ਵੀ ਪੰਜਾਬ ਦੇ ਵਾਸਤੇ ਤਿਆਰ ਹੋ ਗਈ ਹੈ ਪੰਜ ਉਮੀਦਵਾਰਾਂ ਦੇ ਨਾਮ ਤੇ ਪਾਰਟੀ ਨੇ ਅੰਦਰ ਖਾਤੇ ਮੋਰ ਲਾਹੀ ਦਿੱਤੀ ਹੈ ਪਹਿਲਾ ਨਾਮ ਤਾਂ ਰਾਜਕੁਮਾਰ ਚੱਬੇਵਾਲ ਦਾ ਹੀ ਦੱਸਿਆ ਜਾ ਰਿਹਾ ਹੈ ਹੁਸ਼ਿਆਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਲੁਧਿਆਣਾ ਸੀਟ ਤੇ ਆਪਣੇ ਰਾਜ ਸਭਾ ਮੈਂਬਰ ਸੰਜੀਵ ਰੋੜਾ ਨੂੰ ਮੈਦਾਨ ਦੇ ਵਿੱਚ ਉਤਾਰਨ ਤੇ ਪਾਰਟੀ ਕਹਿੰਦੇ ਵਿਚਾਰ ਕਰ ਰਹੀ ਹੈ ਫਿਲਹਾਲ ਪਾਰਟੀ ਨੂੰ ਲੁਧਿਆਣਾ ਦੇ ਵਿੱਚ ਇਹਨਾਂ ਤੋਂ ਵੱਡਾ ਚਿਹਰਾ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਆਮ ਬੰਦਾ ਨਹੀਂ ਮਿਲ ਰਿਹਾ ਅਨੰਦਪੁਰ ਸਾਹਿਬ ਦੇ ਲਈ ਮਾਲਵਿੰਦਰ ਸਿੰਘ ਕੰਗ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਜੋ ਕਿ ਆਮ ਆ ਬਾਕੀ ਦੋ ਸੀਟਾਂ ਤੇ ਨਵੀਆਂ ਤਿਤਲੀਆਂ ਲੱਭੀਆਂ ਜਾ ਰਹੀਆਂ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਲੱਗੇ ਪੱਕੇ ਮੋਰਚਿਆਂ ਨੂੰ ਅੱਜ 32ਵਾਂ ਦਿਨ ਹੋ ਗਿਆ ਹੈ ਤੇ ਕਿਸਾਨ ਲੀਡਰਾਂ ਦੇ ਵੱਲੋਂ ਕੀਤੇ ਗਏ ਨਵੇਂ ਐਲਾਨ ਦੇ ਮੁਤਾਬਿਕ ਅੱਜ ਖਨੌਰੀ ਬਾਰਡਰ ਤੇ ਸ਼ਹੀਦ ਹੋਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਿੰਡ ਕਿਸਾਨ ਲੀਡਰ ਪਹੁੰਚੇ ਬਠਿੰਡਾ ਦੇ ਪਿੰਡ ਬੱਲੋ ਤੋਂ ਦੇਸ਼ ਵਿਆਪੀ ਸ਼ਹੀਦੀ ਕਲਸ਼ ਯਾਤਰਾ ਦੀ ਸ਼ੁਰੂਆਤ ਕੀਤੀ ਉੱਥੋਂ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨੇ ਜਿਹੜੀਆਂ ਉਹ ਕਾਫਲੇ ਦੇ ਰੂਪ ਦੇ ਵਿੱਚ ਸ਼ੰਭੂ ਬਾਰਡਰ ਤੇ ਲਿਆਂਦੀਆਂ ਗਈਆਂ ਇਸ ਤੋਂ ਬਾਅਦ ਖਨੌਰੀ ਬਾਰਡਰ ਤੇ ਵੀ ਲਜਾਏ ਜਾਣ ਦਾ ਪ੍ਰੋਗਰਾਮ ਕਿਸਾਨਾਂ ਨੇ ਦੱਸਿਆ ਸਰਵੰਤ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਕਿ ਸ਼ੰਭੂ ਬਾਰਡਰ ਤੇ ਪਹੁੰਚ ਕੇ ਪੂਰੇ ਕਾਫਲੇ ਦੇ ਰੂਪ ਦੇ ਵਿੱਚ ਪੈਦਲ ਤੁਰ ਕੇ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨੂੰ ਸਟੇਜ ਤੱਕ ਲਜਾਇਆ ਗਿਆ ਦੇਸ਼ ਵਿਆਪੀ ਅੰਦੋਲਨ ਚੱਲੇਗਾ ਦੇਸ਼ ਵਿਆਪੀ ਯਾਤਰਾ ਕੱਢੀ ਜਾਏਗੀ ਤੇ ਇਸ ਯਾਤਰਾ ਦਾ ਮਕਸਦ ਹੈ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਕਿਵੇਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਸਰਕਾਰ ਨੇ ਜ਼ਬਰ ਟਾਇਆ ਤੇ ਉਹਨਾਂ ਦੇ ਇੱਕ ਕਿਸਾਨ ਨੌਜਵਾਨ ਨੂੰ ਇਸ ਦੁਨੀਆ ਤੋਂ ਹੀ ਭੇਜ ਦਿੱਤਾ ਉਸ ਦਾ ਖਾਤਮਾ ਕਰ ਦਿੱਤਾ ਜੋ ਕਿ ਕਿਸਾਨੀ ਮੋਰਚੇ ਦਾ ਸ਼ਹੀਦ ਹੈ 22 ਸਾਲ ਦਾ ਨੌਜਵਾਨ ਸ਼ੁਭਕਰਨ ਸਿੰਘ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਪੁਲਿਸ ਵਾਲੇ ਪਾਸਿਓਂ ਫੌਜ ਵਾਲੇ ਪਾਸਿਓਂ ਆਈ ਗੋਲੀ ਦੇ ਕਾਰਨ ਇਸ ਦੁਨੀਆ ਤੋਂ ਚਲਾ ਗਿਆ ਸੀ ਜਿਸ ਦਾ ਵੱਡੇ ਪੱਧਰ ਤੇ ਕਿਸਾਨਾਂ ਨੇ ਵਿਰੋਧ ਕੀਤਾ ਸੀ ਸ਼ਹੀਦੀ ਕਲਸ਼ ਯਾਤਰਾ ਹਰਿਆਣਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਵੇਗੀ ਕਿਸਾਨ ਲੀਡਰ ਅਭਿਮਨਿਉ ਕੋਹਾੜ ਨੇ ਦੱਸਿਆ ਸੀ ਕਿ ਇਸ ਯਾਤਰਾ ਦੇ ਵਿੱਚ ਹਰਿਆਣਾ ਤੋਂ ਵੱਡੀ ਪੱਧਰ ਤੇ ਕਿਸਾਨ ਸ਼ਾਮਿਲ ਹੋਣਗੇ ਉਸ ਤੋਂ ਬਾਅਦ ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਰੈਲੀਆਂ ਨੇ ਦੋ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾਣਗੀਆਂ ਸ਼ਹੀਦੀ ਸਮਾਗਮ ਕੀਤੇ ਜਾਣਗੇ उस तो बाद ये यात्रा पूरे देश के बीच चक्कर मारेगी आज बठिंडा के बल्लो गांव में सभी किसान संगठनों की ओर से के एम और एस के एम नॉन पोलिटिकल की ओर से यहां सभी पहुंचे हैं और शहीद शुभकरण सिंह की अस्थियां जो पूरे देश भर के लिए रवाना होंगी खास करके हरियाणा के लिए उनका कार्य किया जा रहा है हम आज ਸ਼ਹੀਦ ਦੇ گاؤں ਬੱਲੋ ਬਠਿੰਡਾ ਮੇ ਪਹੁੰਚੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 7 ਦਿਨਾਂ ਦੇ ਵਿੱਚ ਮਾਫੀ ਮੰਗਣ ਦਾ ਅਲਟੀਮੇਟਮ ਦਿੱਤਾ ਹੈ ਨਹੀਂ ਤਾਂ ਫੌਜਦਾਰੀ ਮਾਨਹਾਨੀ ਦਾ ਮੁਕੱਦਮਾ ਦਰਜ ਕੀਤਾ ਜਾਊਗਾ ਸੁਖਬੀਰ ਬਾਦਲ ਨੇ ਸੀਐਮ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਜਿਸ ਵਿੱਚ ਉਹਨਾਂ ਨੇ ਸੀਐਮ ਮਾਨ ਵੱਲੋਂ ਆਪਣੇ ਨਿੱਜੀ ਕਾਰੋਬਾਰ ਬਾਰੇ ਲਾਏ ਗਏ ਦੋਸ਼ਾਂ ਦੇ ਵਿੱਚ 7 ਦਿਨਾਂ ਚ ਲਿਖਤੀ ਮਾਫੀ ਮੰਗਣ ਲਈ ਕਿਹਾ ਜੇ ਹਾਂ ਨਾ ਕਰਨ ਤੇ ਅਪਰਾਧਿਕ ਮਾਨ ਹਾਨੀ ਦੇ ਕੇਸ ਦਾ ਕਹਿੰਦੇ ਸਾਹਮਣਾ ਕਰਨਾ ਪਊਗਾ ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਪਹਿਲਾਂ ਹੀ ਸ੍ਰੀ ਮੁਕਸਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਹੇ ਨੇ ਜਿੱਥੇ ਮੈਂ 11 ਜਨਵਰੀ ਨੂੰ ਮਾਨ ਹਾਨੀ ਦਾ ਕੇਸ ਦਰਜ ਕਰਵਾਇਆ ਸੀ ਕਹਿੰਦੇ ਪਹਿਲਾਂ ਮੈਂ ਉਹਨਾਂ ਦੇ ਝੂਠਾਂ ਨੂੰ ਨਜ਼ਰਅੰਦਾਜ਼ ਕਰਦਾ ਸੀ ਪਰ ਹੁਣ ਇਜਾਜ਼ਤ ਨਹੀਂ ਦੇਵਾਂਗਾ ਭਗਵੰਤ ਸਿੰਘ ਮਾਨ ਨੂੰ ਮਾਫੀ ਮੰਗਣੀ ਹੀ ਪ ਨੂੰ ਤਿਆਰ ਰਹਿਣਾ ਪਵੇਗਾ ਪਹਿਲਾ ਮਾਨ ਹਣੀ ਦਾ ਕੇਸ ਸੁਬੀਰ ਸਿੰਘ ਬਾਦਲ ਨੇ ਐਸਵਾਈਐਲ ਦੀ ਨਹਿਰ ਉਹਨਾਂ ਦੇ ਰਾਜਸਥਾਨ ਵਿੱਚਲੇ ਫਾਰਮ ਹਾਊਸ ਤੇ ਫਾਇਦੇ ਲਈ ਵਰਤੇ ਜਾਣ ਦੇ ਇਲਜ਼ਾਮ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਸੀ ਤੇ ਹੁਣ ਦੂਸਰਾ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਲਾਏ ਜਾ ਰਹੇ ਇਲਜ਼ਾਮਾਂ ਦੇ ਖਿਲਾਫ ਕਰਨ ਦੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਦੋ ਹੋਰ ਸਾਬਕਾ ਪ੍ਰਧਾਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲਪਰੋਹੇ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਸਰਕਾਰ ਦੀ ਸ਼ਿਕਾਇਤ ਲਈ ਸਿੱਧੂ ਨੇ ਸ਼ਿਕਾਇਤ ਲਾਉਂਦੇ ਕਿਹਾ ਕਿ ਸੂਬੇ ਦੇ ਸਿਰ ਕਰੋੜਾਂ ਦਾ ਕਰਜ਼ਾ ਚੜ੍ਹ ਰਿਹਾ ਹੈ ਰਾਜਪਾਲ ਫੌਰਨ ਬਜਟ ਦੇ ਆਡਿਟ ਤੇ ਹੁਕਮ ਦੇਣ ਪੰਜਾਬ ਚ ਸਾਰੇ ਘੁਟਾਲਿਆਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਵੀ ਸਿੱਧੂ ਨੇ ਰਾਜਪਾਲ ਤੋਂ ਮੰਗ ਕੀਤੀ ਸਿੱਧੂ ਨੇ ਸਪਸ਼ਟ ਕੀਤਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਗੇ ਨਾਲ ਹੀ ਮੋਦੀ ਸਰਕਾਰ ਤੇ ਤੰਜ ਕਸਤੇ ਹੋਏ ਕਿਹਾ ਕਿ ਮੋਦੀ ਲਹਿਰ ਦੇ ਵਿੱਚ ਖੋਤੇ ਵੀ ਚੋਣ ਜਿੱਤ ਜਾਂਦੇ ਨੇ ਜਪਨ ਮੈਨੇ ਲੋਕ ਸਭਾ ਮੇ ਜਾਣਾ ਹੀ ਨਹੀਂ ਹੈ ਰਾਜ ਸਭਾ ਕਿਸ ਨੇ 5 6 ਸਾਲ ਕੀ ਰਾਜ ਸਭਾ ਛੋੜੀ ਹੈ ਪੰਜਾਬ ਕੇ ਲਈ ਛੋੜੀ ਹੈ ਕਿਸ ਨੇ ਮੰਤਰਾਲੇ ਛੋੜੇ ਹੈ ਕੋਈ ਐਸਾ ਬੰਦਾ ਹੋ ਜਿਸ ਨੇ ਮਨਮੋਨ ਸਿੰਘ ਜੀ ਕੀ ਵੇਵ ਮੇ 3 ਇਲੈਕਸ਼ਨ ਜیتے ਔਰ ਜਬ ਮੋਦੀ ਸਾਹਿਬ ਕੀ ਵੇਵ 와 ਗਧੇ ਜਿੱਤ ਗਏ ਤਬ ਉਸਨੇ ਕਹਾ ਮੈਂ MP ਨਹੀਂ ਲੜੂਗਾ ਤੁਸੀਂ ਕਹਿੰਦੇ ਮੈਨੂੰ ਕਹੋਗੇ ਸਿੱਧੂ ਨੇ ਕਾਂਗਰਸ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਤੇ ਰਾਜਾ ਵੜਿੰਗ ਦਾ ਬਚਾਅ ਵੀ ਕੀਤਾ ਤੰਜ ਵੀ ਕੱਸਿਆ ਕਹਿੰਦੇ ਮੁਸ਼ਕਿਲ ਸਮੇਂ ਅਸਲੀ ਕਿਰਦਾਰਾਂ ਦਾ ਪਤਾ ਚੱਲਦਾ ਹੈ ਮੈਂ ਪਾਰਟੀ ਦੇ ਨਾਲ ਖੜਾ ਰਾਜਾ ਵੜਿੰਗ ਇਸ ਦੇ ਲਈ ਜ਼ਿੰਮੇਵਾਰ ਨਹੀਂ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਪਾਰਟੀ ਛੱਡਣ ਦੇ ਲਈ ਕੁਝ ਤਾਂ ਮਜਬੂਰੀਆਂ ਹੁੰਦੀਆਂ ਨੇ ਬਿਨਾਂ ਮਤਲਬ ਦੇ ਕੋਈ ਬੇਵਫਾ ਨਹੀਂ ਹੁੰਦਾ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਤੁਸੀਂ ਅਹੁਦੇ ਲੈਣ ਜਾ ਰਹੇ ਹੋ ਤੁਸੀਂ ਐਮਪੀ ਬਣਨ ਜਾ ਰਹੇ ਹੋ ਤੇ ਫਿਰ ਤੁਸੀਂ ਕਿੱਧਰਲੇ ਪਾਸੇ ਥੋੜੇ ਸਰਕਾਰ ਦੇ ਪਰ ਲੱਗੇ ਹੋ ਰਾਹੁਲ ਜੀ ਕਹਿੰਦੇ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਜਾਣ ਇਹਨੇ ਮੈਂ ਤਾਂ ਕੱਢਣੀ ਹੈ ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਕੀਤੀ ਅਸੀਂ ਕਿਸੇ ਨੂੰ ਨਹੀਂ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਆ ਮੇਰੇ ਵੇਲੇ ਇਨਡਿਸਿਪਲਿਨ 100 ਕਰ ਜਾਂਦੇ 36000 ਵਰਕਰ ਬੋਲੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਹੈ ਡੈਮੋਕ੍ਰੇਸੀ ਇਨਟਰਨਲ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲੀ ਇਹਨਾਂ ਨੂੰ ਠੋਕਦਾ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਿਨ ਦੇ ਨਾਲ ਧੰਨਵਾਦ